ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ 3 ਘੰਟੇ OPD ਸੇਵਾਵਾਂ ਠੱਪ ਕਰਕੇ ਹੜਤਾਲ ਕੀਤੀ ਗਈ। ਇਸ ਦੇ ਚੱਲਦਿਆਂ ਸਿਵਲ ਹਸਪਤਾਲ ਅਜਨਾਲਾ ਵਿਖੇ ਵੀ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਪਰ ਸਰਕਾਰ ਵੱਲੋਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਨੂੰ ਮਜਬੂਰਨ 3 ਘੰਟੇ ਦੇ ਲਈ OPD ਸੇਵਾਵਾਂ ਠੱਪ ਰੱਖਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ 11 ਸਤੰਬਰ ਤੱਕ ਇਸ ਤਰ੍ਹਾਂ ਹੀ 3 ਘੰਟੇ OPD ਸੇਵਾਵਾਂ ਠੱਪ ਰੱਖ ਕੇ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀਆਂ 2,800 ਪੋਸਟਾਂ ਖਾਲੀ ਹਨ, ਪਰ ਸਰਕਾਰ ਵੱਲੋਂ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ। ਸਾਡੀ ਅੱਜ ਜਿਹੜੀ ਸੂਬੇ ਭਰ ਦੇ ਵਿੱਚ ਹੜਤਾਲ ਹੈ, PCMS ਐਸੋਸੀਏਸ਼ਨ ਵੱਲੋਂ ਹੈਗੀ ਹੈ, ਸਮੂਹ ਡਾਕਟਰਸ ਦੀ ਹੜਤਾਲ ਹੈਗੀ ਹੈ। 8 ਤੋਂ 11 ਵਜੇ ਤੱਕ ਸਾਡੀਆਂ ਜਿਹੜੀਆਂ OPDs ਨੇ ਬੰਦ ਕੀਤੀਆਂ ਗਈਆਂ ਨੇ। 11 ਤਰੀਕ ਤੱਕ ਸਾਡੀ ਇਸੇ ਤਰ੍ਹਾਂ ਹੀ ਚੱਲੇਗੀ। ਉਸ ਤੋਂ ਬਾਅਦ ਵੀ ਜੇ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਨਹੀਂ ਪੂਰੀਆਂ ਹੋਈਆਂ ਤੇ ਫਿਰ ਅਸੀਂ ਅਣਮਿੱਥੇ ਸਮੇਂ ਲਈ ਟੋਟਲ OPD ਸ਼ਟਡਾਊਨ ਕਰ ਦੇਵਾਂਗੇ 8 ਤੋਂ 2 ਵਜੇ। ਕਿਹੜੀਆਂ ਮੰਗਾਂ ਨੇ ਮੈਮ ਜਿੰਨਾ ਕਰਕੇ ਸਰ? ਦੇਖੋ ਸਾਡੀ ਮੇਨ ਦੇਖੋ ਸਾਡੀ ਕੋਈ ਡਾਕਟਰਾਂ ਦੇ ਕੋਈ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਲੋਕਾਂ ਦੇ ਨਾਲ ਹੈਗੇ। ਅਸੀਂ ਲੋਕਾਂ ਨੂੰ ਬੈਟਰ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹਾਂ, ਪਰ ਸਾਨੂੰ ਸਰਕਾਰ ਉਹਦੇ ਵਿੱਚ ਸਾਡੀ ਕੋਈ ਮਦਦ ਨਹੀਂ ਕਰ ਰਹੀ। 1999 ਦੇ ਵਿੱਚ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਜਿੰਨੀਆਂ ਪੋਸਟਾਂ ਸੀ 2024 ਚ ਵੀ ਓਨੀਆਂ ਹੀ ਪੋਸਟਾਂ ਡਾਕਟਰਾਂ ਦੀਆਂ ਹੈਗੀਆਂ ਨੇ। ਇੰਨੀ ਜ਼ਿਆਦਾ ਪਾਪੂਲੇਸ਼ਨ ਵੱਧ ਗਈ ਹੈ, 2800 ਪੋਸਟ ਡਾਕਟਰ ਦੀ ਜਿਹੜੀ ਉਹ ਖਾਲੀ ਪਈ ਹੈ। ਹੁਣ ਤੁਸੀਂ ਇਹ ਦੇਖੋ ਕਿ ਜੇ 2800 ਪੋਸਟ ਡਾਕਟਰ ਦੀ ਖਾਲੀ ਪਈ ਹੋਏਗੀ ਤੇ ਆਪਾਂ ਮਰੀਜ਼ਾਂ ਨੂੰ ਕਿਵੇਂ ਵਿਚਾਰਿਆਂ ਨੂੰ ਸਾਰਿਆਂ ਨੂੰ ਆਪਾਂ ਸਿਹਤ ਸਹੂਲਤਾਂ ਪ੍ਰੋਵਾਈਡ ਕਰ ਸਕਦੇਗੇ? ਤੇ ਮੇਨ ਸਾਡਾ ਇਹ ਮੰਗਾ ਹੈ, ਮੰਗ ਹੈਗੀ ਹੈ ਕਿ ਜਿਹੜੀ ਸਾਡੀਆਂ ਪੋਸਟਾਂ 2800 ਪੋਸਟ ਡਾਕਟਰਾਂ ਦੀ ਖਾਲੀ ਪਈ ਹੈ ਉਹਨੂੰ ਭਰਿਆ ਜਾਵੇ, ਤਾਂ ਕਿ ਦੂਜੇ ਡਾਕਟਰਾਂ ਦੇ ਉੱਤੇ ਵਾਧੂ ਬੋਝ ਨਾ ਪਾਇਆ ਜਾਵੇ ਤੇ ਉਹ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਕੰਮ ਕਰ ਸਕਣ। ਤੁਸੀਂ ਦੇਖ ਲਓ ਡਾਕਟਰ, 4-4 ਡਾਕਟਰ ਸਾਡੇ ਜਿਹੜੇ ਨੇ ਉਹ VIP ਡਿਊਟੀ ਤੇ ਹੁੰਦੇ ਨੇ ਹਰ ਹਫ਼ਤੇ, ਤੇ 4 ਡਾਕਟਰ ਜਦੋਂ VIP ਡਿਊਟੀ ਤੇ ਜਾਣਗੇ ਮਗਰ ਕੋਈ ਡਾਕਟਰ ਹੁੰਦਾ ਨਹੀਂ, ਮਰੀਜ਼ ਵਿਚਾਰੇ ਖੱਜਲ ਖਰਾਬ ਹੁੰਦੇ ਨੇ। ਅੱਗੋਂ ਪਿੰਡਾਂ ਚੋਂ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਉਂਦੇ ਨੇ, ਕਿਰਾਇਆ ਫੜ ਫੁੜ ਕੇ ਇੱਥੋਂ ਤੱਕ ਪਹੁੰਚਦੇ ਨੇ, ਅੱਗੋਂ ਜਦੋਂ ਡਾਕਟਰ ਦਾ ਦਰਵਾਜ਼ਾ ਬੰਦ ਦੇਖਦਾ ਤੇ ਉਹ ਕਿੰਨੇ ਨਿਰਾਸ਼ ਹੋ ਕੇ ਜਾਂਦੇ ਨੇ। ਸਾਡੀ ਜਿਹੜੀ ਅੱਜ ਇਹ ਹੜਤਾਲ ਚੱਲਦੀ ਪਈ ਹੈ ਉਹ 'ਚ ਸਾਡਾ ਇੱਕ ਮੇਨ ਮੁੱਦਾ ਹੋਰ ਵੀ ਇਹ ਹੈ ਕਿ ਸਾਨੂੰ ਜਿਹੜੀ ਸਾਡੀ ਤਰੱਕੀ ਹੈ ਉਹ ਨਹੀਂ ਬਹਾਲ ਕੀਤੀ ਜਾ ਰਹੀ। ਸਾਨੂੰ ਜਿਹੜਾ 4-9-14 ਵਾਲਾ ਸਾਡਾ ਤਰੱਕੀ ਦਾ ਜਿਹੜਾ ਦੇਣਾ ਚਾਹੀਦਾ ਕੈਡਰ, ਉਹ ਸਾਡਾ ਬੰਦ ਕਰ ਦਿੱਤਾ ਗਿਆ 2021 ਤੋਂ। ਅਤੇ ਸਾਡੀ ਮੇਨ ਮੰਗ ਇਹ ਹੋਰ ਹੈ ਕਿ ਸਾਡਾ ਜਿਹੜਾ 2016 ਤੋਂ ਬਾਅਦ ਜਿਹੜਾ 6th ਪੇ ਕਮਿਸ਼ਨ ਲੱਗਿਆ ਸੀ ਉਹਦਾ ਸਾਡਾ ਏਰੀਆ ਹਜੇ ਤੱਕ ਬਕਾਇਆ ਹੈਗਾ। ਸਾਨੂੰ ਕੋਈ ਵੀ ਉਸ ਤੋਂ ਬਾਅਦ ਕੋਈ ਵੀ ਉਹਦੇ ਵਾਸਤੇ ਸਾਨੂੰ ਕੋਈ ਕੁਛ ਵੀ ਦੀ ਇੰਟੀਮੇਸ਼ਨ ਨਹੀਂ ਕੀਤਾ ਗਿਆ। ਅਸੀਂ ਇੱਥੇ ਮੇਨ ਮੰਗਾਂ ਜੋ ਪੂਰੇ ਸਬੂਤ ਹੜਤਾਲ ਹੋ ਰਹੀ ਹੈ, ਮੇਨ ਮੰਗਾਂ ਸਾਡੀਆਂ ਨੇ ਇੱਕ ਤਾਂ ਸਿਕਿਉਰਿਟੀ ਨੂੰ ਲੈ ਕੇ, ਰਾਤ ਨੂੰ ਵੀ ਇੱਥੇ ਡਾਕਟਰ ਡਿਊਟੀ ਕਰਦੇ ਨੇ, ਫੀਮੇਲ ਸਟਾਫ ਵੀ ਹੁੰਦਾ ਜਾਂ ਫੀਮੇਲ ਡਾਕਟਰਸ ਵੀ ਡਿਊਟੀ ਕਰਦੇ ਨੇ, ਬਟ ਇਹਨਾਂ ਨੂੰ ਕੋਈ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ। ਬਹੁਤ ਸਾਰੇ ਪੇਸ਼ੈਂਟ ਸ਼ਰਾਬ ਪੀ ਕੇ ਵੀ ਆਉਂਦੇ ਨੇ, ਉਹ ਮੈਡੀਕੋ ਲੀਗਲ ਕੇਸ ਖਾਸ ਤੌਰ 'ਤੇ ਕਰਾਉਣ ਆਉਂਦੇ ਨੇ, ਕਾਫੀ ਪੇਸ਼ੈਂਟਾਂ ਨੇ ਦਾਰੂ ਵੀ ਪੀਤੀ ਹੁੰਦੀ ਹੈ, ਜਿਸ ਕਰਕੇ ਡਾਕਟਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਸਾਡੀ ਸਰਕਾਰ ਅੱਗੇ ਇਹੀ ਮੰਗ ਹੈ ਕਿ ਰਾਤ ਨੂੰ ਤੇ ਦਿਨ ਨੂੰ ਜਿਹੜੀ ਸਿਕਿਉਰਿਟੀ ਪ੍ਰੋਪਰ ਪ੍ਰੋਵਾਈਡ ਕਰਵਾਈ ਜਾਵੇ। ਮਾਨਸਾ ਵਿਖੇ ਵੀ ਸਿਵਲ ਹਸਪਤਾਲ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਸੁਰੱਖਿਆ ਤੇ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੁੱਜੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਾਡੀਆਂ ਮੁੱਖ ਮੰਗਾਂ ਸਰਕਾਰ ਤੋਂ, ਸਭ ਤੋਂ ਪਹਿਲੀ ਮੰਗ ਤਾਂ ਸਾਡੀ ਸੁਰੱਖਿਆ ਦੇ ਰਿਗਾਰਡਿੰਗ ਹੈ ਕਿ ਸਰਕਾਰੀ ਹਸਪਤਾਲਸ ਦੇ ਵਿੱਚ ਸਾਨੂੰ ਜਿਹੜੀ ਫੀਮੇਲਸ ਵਾਸਤੇ, ਸਪੈਸ਼ਲੀ ਮੇਲਸ ਔਰ ਫੀਮੇਲਸ ਦੋਨਾਂ ਵਾਸਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਕਿਉਂਕਿ ਕੋਲਕਾਤਾ ਇੰਸੀਡੈਂਟਸ ਤੋਂ ਬਾਅਦ ਆਪਾਂ ਵੀ ਡਿਊਟੀ 'ਤੇ ਫੀਮੇਲ, ਸਾਰੀਆਂ ਫੀਮੇਲਸ ਡਿਊਟੀ 'ਤੇ ਆਉਣ ਵਾਸਤੇ ਸੇਫ ਫੀਲ ਨਹੀਂ ਕਰਦੀਆਂ।
ਦੂਸਰੀ ਸਾਡੀ ਮੇਨ ਮੰਗ ਹੈਗੀ ਏ ਸੀ ਪੀ ਦੇ ਰਿਗਾਰਡਿੰਗ, ਜੋ ਕਿ ਸਾਡੀ ਸੈਲਰੀਜ਼ ਦੇ ਵਿੱਚ ਔਲਰੇਡੀ ਇੰਕਰੀਮੈਂਟ ਹੁੰਦਾ ਸੀਗਾ ਜੋ ਕਿ ਬੰਦ ਕਰ ਦਿੱਤਾ ਗਿਆ। ਮਤਲਬ ਆਪਾਂ ਕੋਈ ਨਵੀਂ ਮੰਗ ਨਹੀਂ ਕਰ ਰਹੇ, ਔਲਰੇਡੀ ਜੋ ਸਾਨੂੰ ਮਿਲਦਾ ਸੀ ਉਸੇ ਹੱਕ ਨੂੰ ਅਸੀਂ ਵਾਪਸ ਲੈਣ ਦੀ ਗੱਲ ਕਰਦੇ ਹਾਂ। ਅਤੇ ਤੀਸਰੀ ਮੰਗ ਹੈਗੀ ਹੈ MOC ਰਿਕਰੂਟਮੈਂਟ, ਜਿਹੜੇ MO ਜਨਰਲ ਔਰ MO ਸਪੈਸ਼ਲਿਸਟ ਦੀ, ਜਿਹੜਾ MO ਜਨਰਲ ਦੀ ਰਿਕਰੂਟਮੈਂਟਸ ਗਵਰਨਮੈਂਟ ਨੇ ਕੱਢੀ ਹੈ ਜੋ ਕਿ ਐਪਰੀਸ਼ੀਏਬਲ ਹੈ, ਬਟ ਜੋ MO ਹੋਰ ਵੀ ਜੋ 45% MOs ਕੰਮ ਕਰ ਰਹੇ ਨੇ, 55% ਜਿਵੇਂ ਸਰ ਨੇ ਦੱਸਿਆ ਕਿ ਵੈਕੈਂਸੀਜ਼ ਖਾਲੀ ਨੇ, ਤਾਂ ਉਹਨਾਂ ਦੀ ਰਿਕਰੂਟਮੈਂਟ ਸਪੈਸ਼ਲਿਸਟ ਪਲੱਸ ਜਨਰਲ ਦੋਨਾਂ ਦੀ ਰਿਕਰੂਟਮੈਂਟਸ ਵਾਸਤੇ ਸਾਡੀਆਂ ਮੰਗਾਂ। ਸਾਨੂੰ ਆਇਆ ਨੂੰ ਜੀ 2-3 ਘੰਟੇ ਹੋ ਗਏ ਦਵਾਈ ਲੈਣ ਕੰਨ ਦਿਖਾਉਣਾ ਸੀਗਾ, ਫਿਰ ਹੁਣ ਇੱਥੇ ਹੜਤਾਲ ਕਰ ਛੱਡੀ ਜੀ। ਇਹ ਸਰਕਾਰ ਜਮੀ ਹੈਗੀ, ਕੁਛ ਕਰ ਨਹੀਂ ਸਕਦੀ ਹੈ, ਇਹਨਾਂ ਦਾ ਉਹ ਕਰਨਾ ਜਾਂ ਕੋਈ ਹੱਲ ਕਰਨਾ ਜਾਂ ਜਿਹੜੀ ਇਹਨਾਂ ਦੀ ਮੰਗ ਉਹ ਕਰਨ ਜਾਂ ਕੋਈ ਉਹ ਕਰਨ ਕਿਸੇ ਲੋਕਾਂ ਨੇ ਸਭ ਤੋਂ ਆਹ ਤਾਂ ਦੇਣ ਜੀ ਕੋਈ ਮਾੜੀ ਮੋਟੀ। ਅਸੀਂ ਤੜਕੇ 'ਚ ਬੈਠੇ ਜੀ ਇੱਥੇ, ਭੁੱਖੇ ਤਾਂ ਆਏ, ਜਵਾਕ ਜਲੇ ਬੈਠੇ ਨੇ ਬਹੁਤ ਜੀ, ਇੱਥੇ ਆ ਕੇ ਮੌਕਾ ਦੇਖਿਆ ਜਾਵੇ, ਕੋਈ ਇੱਥੇ ਸੁਣਦਾ ਨਹੀਂ। ਪੂਰੇ ਪੰਜਾਬ ਦੀ ਤਰ੍ਹਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਆਪਣੀਆਂ ਮੰਗਾਂ ਅਤੇ ਸੁਰੱਖਿਆ ਨੂੰ ਲੈ ਕੇ 8-11 ਵਜੇ ਤੱਕ OPD ਸੇਵਾਵਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੱਟ ਲੱਗ ਗਈ, ਮੈਂ ਦਿਖਾਉਣਾ ਹੀ, ਕਿਸੇ ਨੇ ਦੇਖਿਆ ਨਹੀਂ ਇੱਥੇ ਐਮਰਜੈਂਸੀ 'ਚ, ਅਤੇ ਮੈਂ ਹੁਣ ਸਵੇਰੇ ਆਈ, ਮੈਂ ਕਿਹਾ ਚਲੋ ਹੱਡੀਆਂ ਵਾਲੇ ਨੂੰ ਦਿਖਾਉਂਦੇ ਹਾਂ ਹੱਡੀਆਂ, ਹੁਣ ਅੱਜ ਮੇਰੇ ਕੋਲ ਤੁਰਿਆ ਨਹੀਂ ਹੁੰਦਾ, ਮੇਰੀ ਲੱਤ 'ਤੇ ਵੀ ਸੱਟ ਲੱਗੀ ਪਈ ਹੈ। ਸਰ ਇਹ ਸਾਰੇ ਪੰਜਾਬ ਜ਼ਿਲ੍ਹੇ, ਪੰਜਾਬ ਦੇ ਸੂਬੇ ਦੇ ਵਿੱਚ ਜਿੰਨੇ ਵੀ ਸਰਕਾਰੀ ਡਾਕਟਰ PCMS ਐਸੋਸੀਏਸ਼ਨ ਨਾਲ ਅਟੈਚਡ ਹੈਗੇ ਆ, ਡੈਂਟਲ ਮੈਡੀਕਲ ਔਰ ਸਪੈਸ਼ਲਿਸਟ ਜਿੰਨੇ ਵੀ ਹੈ MBBS ਸਾਰੇ, ਉਹਨਾਂ ਦੀ ਜੁਆਇੰਟ ਸਟ੍ਰਾਈਕ ਹੈਗੀ ਹੈ। ਇਹ ਆਪਣੀ ਮੰਗਾਂ ਹੈਗੀਆਂ ਜਿਹੜੀਆਂ ਸਰਕਾਰ ਪ੍ਰਤੀ, ਜਿਹੜੀ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਪਰ ਸਾਨੂੰ ਆਸ਼ਵਾਸਨ ਦਿੱਤਾ ਜਾਂਦਾ ਪਰ ਗਰਾਊਂਡ ਲੈਵਲ 'ਤੇ ਕੋਈ ਵੀ ਉਹਦੀ ਹੱਲ ਨਹੀਂ ਹੁੰਦਾ। ਉਸ ਕਾਰਨ ਆਪਾਂ 2.5 ਸਾਲਾਂ ਤੋਂ ਯਤਨ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ, ਪਰ ਸਰਕਾਰ ਤੋਂ ਸਿਰਫ ਆਸ਼ਵਾਸਨ ਹੀ ਦਿੱਤਾ ਜਾ ਰਿਹਾ ਅਤੇ ਮਜਬੂਰੀ 'ਚ ਆਣ ਕੇ ਸਾਨੂੰ ਇਹ ਸਟ੍ਰਾਈਕ ਦਾ ਕਦਮ ਚੁੱਕਣਾ ਪਿਆ। ਹਾਂਜੀ, ਸਟੇਟ ਦਾ ਡਿਸੀਜਨ ਹੈ ਜੀ ਇਹ, PCMS ਐਸੋਸੀਏਸ਼ਨ ਦਾ। ਕੁਛ ਮੰਗਾਂ ਹੈਗੀਆਂ ਜਿਹੜੀ ਕਿ ਡਾਕਟਰਸ ਨੇ ਸਾਰਿਆਂ ਨੇ ਰੱਖੀਆਂ, ਜਿਹੜੇ ਯੰਗ ਡਾਕਟਰਸ ਹੈ ਔਰ ਸਾਰੇ ਇਕੱਠੇ ਹੋਏ ਹੋਏ ਆ ਇਸ ਵੇਲੇ ਪਲੈਟਫਾਰਮ 'ਤੇ। ਉਹਦੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੋਣਾ ਹੈ, ਸੈਕਟਰੀ PCMS ਨੇ, ਕਿ ਇਹਦੇ 'ਚ 3 ਡਿਮਾਂਡਸ ਜਿਹੜੀਆਂ ਮੇਨ ਹੈਗੀਆਂ। ਇੱਕ ACP ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ 4/9/14/2021 ਦਾ ਬੰਦ ਹੈਗਾ, ਉਹ ਜ਼ਰੂਰ ਲਾਗੂ ਹੋਣਾ ਚਾਹੀਦਾ ਹੈਗਾ। ਦੂਸਰਾ, ਰਿਕਰੂਟਮੈਂਟਸ ਬਹੁਤ ਦੇਰ ਤੋਂ ਡਾਕਟਰਸ ਦੀਆਂ, ਈਵਨ ਪੈਰਾਮੈਡੀਕਲ ਸਟਾਫ ਦੀਆਂ ਬੰਦ ਹੈਗੀਆਂ, ਉਹ ਟਾਈਮ ਸਿਰ ਹੋਣੀਆਂ ਚਾਹੀਦੀਆਂ। ਜਿਵੇਂ ਕਿ ਡਾਟਾ ਦੇਖਿਆ, 60% ਦੇ ਕਰੀਬ ਵੈਕੈਂਟ ਪੋਸਟ ਪਈਆਂ ਹੈਗੀਆਂ। ਥਰਡ ਜਿਹੜਾ ਮੇਨ ਮੁੱਦਾ ਹੈਗਾ ਸਿਕਿਉਰਿਟੀ ਦਾ, DH ਔਰ SDH ਲੈਵਲ ਦੇ 'ਤੇ ਫਿਰ ਵੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ, ਬਟ ਛੋਟੀਆਂ ਇੰਸਟੀਟਿਊਸ਼ਨਸ ਜਿਹੜੀਆਂ PHC CSCs ਹੈ ਜਿੱਥੇ, ਉੱਥੇ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹਜੇ ਇੰਨਾ ਪੁਖਤਾ ਨਹੀਂ ਹੈਗਾ। ਜਿਵੇਂ ਕਿ ਪਿੱਛੇ ਜਿਹੀ ਵਾਰਦਾਤ ਹੋਈ ਹੈ ਇੱਕ ਹਾਰਟਾ ਬਡਲਾ, ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ 3 ਇੰਪਲੋਈਜ਼ ਜਿਹੜੇ ਸੀ ਫੀਮੇਲ ਸੀਗੇ, ਸਟਾਫ ਨਰਸ ਵੀ, ਕਲਾਸ 4 ਵੀ ਔਰ ਇੱਕ ਹੋਰ ਸਟਾਫ ਸੀਗਾ, ਅਤੇ ਉਸ ਦੌਰਾਨ ਕੁਛ ਲੋਕਾਂ ਨੇ, ਅਣਪਛਾਤੇ ਲੋਕਾਂ ਨੇ ਉੱਥੇ ਅਟੈਕ ਕੀਤਾ। ਅਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ, ਵਾਰਦਾਤਾਂ ਨੂੰ ਘਟਾਉਣ ਲਈ ਸਾਨੂੰ ਸਿਕਿਉਰਿਟੀ ਬਹੁਤ ਜ਼ਰੂਰੀ ਚਾਹੀਦੀ ਹੈ। ਜਿੱਥੇ ਜਿੱਥੇ ਸੰਸਥਾਵਾਂ ਹੈਗੀਆਂ ਮੈਡੀਕਲ ਦੇ ਰਿਲੇਟਡ, ਉੱਥੇ ਪੂਰੀ ਸਿਕਿਉਰਿਟੀ ਦੇ ਨਾਲ ਔਰ ਬਿਨਾਂ ਟੈਨਸ਼ਨ ਤੋਂ ਸਾਡੇ ਇੰਪਲੋਈਜ਼ ਕੰਮ ਕਰਨ। ਇਹ ਕੁਛ ਮੰਗਾਂ ਹੈਗੀਆਂ। ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਸੱਦੇ 'ਤੇ ਫਾਜ਼ਿਲਕਾ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ, ਜਿਸ ਨਾਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਕਟਾਣੀਆਂ ਨੇ ਪਰਚੀ ਕੱਟ ਕੇ ਨਹੀਂ ਦੇ ਰਹੇ, ਅਸੀਂ ਗਰੀਬ ਬੰਦੇ ਕਿੱਥੇ ਜਾਈਏ ਦੱਸੋ, ਸਾਨੂੰ ਬੁਲਾ ਲੈਂਦੇ ਆਪਦੀ ਮਰਜ਼ੀ ਨਾਲ,
ਛੁੱਟੀਆਂ ਕਰਕੇ ਦੱਸ ਦਿੰਦੇ, ਅਸੀਂ ਕਿਹਨੂੰ ਰੋਈਏ, ਸਾਨੂੰ ਦੱਸ ਦਿਓ, ਜਿਹੜਾ ਸਰਕਾਰੀ ਹਸਪੀਟਲ ਬੰਦ ਕਰ ਦਿਓ, ਇਲਾਜ ਨਾ ਕਰੋ। ਨਹੀਂ, ਅਸੀਂ ਤਾਂ ਆਪ ਜਿਹੜਾ ਸਟਰਗਲ ਹੈ ਇਸੇ ਵਾਸਤੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜਾ ਇਹ ਮੈਸੇਜ ਸੀ ਇਹ ਅਸੀਂ ਕੱਲ੍ਹ ਵੀ ਸਰਕੂਲੇਟ ਕਰਤਾ ਸੀਗਾ ਬਈ, ਪਹਿਲਾਂ ਤਾਂ ਸਾਡਾ ਜਿਹੜਾ ਸਟੇਟ ਬੋਡੀ ਦਾ ਡਿਸੀਜਨ ਸੀ ਵੀ ਸਾਰਾ ਦਿਨ ਬੰਦ ਰੱਖਣੀ ਆ ਓਪੀਡੀ, ਬਟ ਥਿੰਗ ਇਜ਼ ਕਿ ਗੌਰਮੈਂਟ ਨੇ ਜਿਵੇਂ 11 ਤਰੀਕ ਨੂੰ ਮੀਟਿੰਗ ਕਾਲ ਕੀਤੀ, ਉਹਨੂੰ ਵੇਖਦੇ ਹੋਏ ਪਲੱਸ ਲੋਕਾਂ ਦੀ ਪਰੇਸ਼ਾਨੀ ਨੂੰ ਨਾ ਬਈ ਸਾਹਮਣਾ ਕਰਨਾ ਪਵੇ, ਇਸ ਵਾਸਤੇ 3 ਦਿਨ ਵਾਸਤੇ ਸਿਰਫ 3 ਘੰਟੇ ਲਈ ਬੰਦ ਕੀਤੀ ਜਾ ਰਹੀ ਹੈ ਓਪੀਡੀ। ਇਸ ਤਰ੍ਹਾਂ ਸੰਗਰੂਰ ਵਿੱਚ ਵੀ ਇਹ ਹੜਤਾਲ ਕੀਤੀ ਗਈ। ਇਸ ਮੌਕੇ ਤੇ ਡਾਕਟਰ ਸਾਹਿਬਾਨਾਂ ਵੱਲੋਂ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਹੜਤਾਲ ਕੀਤੀ ਗਈ। ਦਾ ਪ੍ਰੋਟੈਸਟ ਜਿਹੜਾ ਹੈਗਾ, ਪਹਿਲਾਂ ਅਸੀਂ ਪੂਰੇ ਦਿਨ ਦਾ ਕਰਨਾ ਸੀ, ਪਰ ਲੋਕਾਂ ਦੇ ਹਿੱਤ ਨੂੰ ਰੱਖਦੇ ਹੋਏ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ। ਪ੍ਰੋਟੈਸਟ ਇਸ ਕਰਕੇ ਹੈ ਵੀ ਡਾਕਟਰਾਂ ਦੀ ਭਰਤੀ ਹੋ ਨਹੀਂ ਰਹੀ ਰੈਗੂਲਰ ਬੇਸ 'ਤੇ, ਡਾਕਟਰ ਬਹੁਤ ਘੱਟ ਨੇ, ਮਰੀਜ਼ ਵਿਚਾਰਾ ਦੂਰੋਂ ਆ ਕੇ ਖੱਜਲ ਖੁਆਰ ਹੋ ਕੇ ਮੁੜਦਾ। ਇਹ ਬੜੀ ਹੈਰਾਨੀਜਨਕ ਗੱਲ ਹੈ ਵੀ 1991 ਤੋਂ ਬਾਅਦ ਪੋਸਟਾਂ ਹੀ ਨਹੀਂ ਵਧਾਈਆਂ ਗਈਆਂ। ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ, ਉਦੋਂ 4600 ਪੋਸਟਾਂ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਿਹਾ। ਉਹਦਾ ਨਤੀਜਾ ਇਹ ਨਿਕਲਦਾ ਵੀ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ, ਤਾਂ ਫਿਰ ਡਿਊਟੀ 'ਤੇ ਸਵੇਰੇ ਤੋਂ ਨਾਈਟ ਡਿਊਟੀ ਕਰਕੇ ਸਪੈਸ਼ਲਿਸਟ ਜਾਂਦਾ, ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ, ਪੇਸ਼ੈਂਟ ਵਿਚਾਰਾ ਦੂਰੋਂ ਆ ਕੇ ਖੱਜਲ ਖੁਆਰ ਹੁੰਦਾ। ਦੂਸਰੀ ਗੱਲ ਇਹ ਹੈ ਵੀ ਕੈਲਕਟਾ ਕਾਂਡ ਤੋਂ ਬਾਅਦ, ਕੈਲਕਟਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ, ਦੁਨੀਆ 'ਚ ਫੈਲਿਆ, ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ, ਅਤੇ ਅਸੀਂ ਪੂਰੀ ਐਸੋਸੀਏਸ਼ਨ ਨੇ ਮਿਲ ਕੇ ਉਹਦੇ ਅਗੇਂਸਟ FIR ਕਰਾਈਆਂ ਨੇ। ਆਪਾਂ ਫਿਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾ ਰਹੇ। ਅਤੇ ਇੱਥੇ ਇੱਕ ਇਹ ਗੱਲ ਸੋਚਣ ਦੀ ਹੈ ਵੀ 60% ਜਿਹੜਾ ਸਟਾਫ ਹੈ ਉਹ ਫੀਮੇਲ ਸਟਾਫ ਹੈ, ਉਹ ਕੰਮ ਕਰਨ ਤੋਂ ਡਰ ਹੈ। ਸਿਵਲ ਹਸਪਤਾਲ ਕਪੂਰਥਲਾ ਵਿੱਚ ਵੀ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਸੀ। ਕਿੱਥੋਂ ਆਏ ਜੀ ਤੁਸੀਂ? ਕੀ ਦਵਾਈ ਲੈਣ ਆਏ? ਕੀ ਕਹਿੰਦੇ ਤੁਹਾਨੂੰ? ਪਰਚੀ ਬਣਾਤੀ? ਹਾਂਜੀ, ਪਰਚੀ ਬਣਾਤੀ, ਕਹਿੰਦੇ 11 ਵਜੇ ਤੱਕ ਡਾਕਟਰਾਂ ਦੀ ਹੜਤਾਲ ਹੈ, ਉਸ ਤੋਂ ਬਾਅਦ। ਤੁਸੀਂ ਭਾਜੀ? ਪਰਚੀ ਬਣਾਉਣੀ ਸੀ, ਪੂਰੀ ਹੜਤਾਲ ਹੈ ਡਾਕਟਰਾਂ ਦੀ, 11 ਵਜੇ ਤੋਂ ਬਾਅਦ ਪਰਚੀ ਬਣਾਉਣੀ ਹੈ। ਮੈਂ ਡਾਕਟਰ ਅਮਨਜੋਤ, ਅੱਜ 9 ਸਪਤੰਬਰ 2024 PCMS ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪਹਿਲੇ 3 ਦਿਨ 9 ਤਰੀਕ, 10 ਤਰੀਕ ਅਤੇ 11 ਤਰੀਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ ਜਿਹੜੀਆਂ ਪੂਰਨ ਤੌਰ 'ਤੇ ਬੰਦ ਰਹਿਣਗੀਆਂ। ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਚੱਲਦੀਆਂ ਰਹਿਣਗੀਆਂ, ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਹ ਹੜਤਾਲ ਕਰਨ ਦੇ ਸਾਡੇ ਕਈ ਮੁੱਦੇ ਨੇ, ਜਿਹਦੇ ਵਿੱਚ ਕਿ ਜਿਹੜੀ ACP ਹੈਗੀ ਹੈ ਉਹਨੂੰ ਬਹਾਲ ਕਰਨਾ, ਹਸਪਤਾਲਾਂ ਦੇ ਅੰਦਰ ਚੌਂਕੀਆਂ ਪ੍ਰੋਵਾਈਡ ਕਰਨਾ ਤਾਂ ਕਿ ਡਾਕਟਰਾਂ ਦੀ ਅਤੇ ਮਰੀਜ਼ਾਂ ਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰੋਪਰ ਪ੍ਰੋਵਾਈਡ ਕੀਤੀ ਜਾ ਸਕੇ। DA ਦੇ ਜਿਹੜੇ ਬਕਾਏ ਰਹਿੰਦੇ ਨੇ ਉਹ ਸਰਕਾਰ ਵੱਲੋਂ ਦਿੱਤੇ ਨਹੀਂ ਗਏ, ਉਹ ਸਰਕਾਰ ਸਾਨੂੰ DA ਦੇ ਬਕਾਏ ਸਮੇਂ ਸਿਰ ਦੇਵੇ। ਅਤੇ ਸਾਡੇ ਹਸਪਤਾਲ ਵਿੱਚ ਡਾਕਟਰਾਂ ਦੀ ਬਹੁਤ ਜ਼ਿਆਦਾ ਸ਼ੋਰਟੇਜ ਚੱਲ ਰਹੀ ਹੈ, ਪਿਛਲੇ ਕਈ ਸਾਲਾਂ ਤੋਂ ਸ਼ੋਰਟੇਜ ਚੱਲ ਰਹੀ ਹੈ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਤੇ ਸਰਕਾਰ ਵੱਲੋਂ ਸਰਕਾਰ ਨੂੰ ਸਾਡੀ ਇਹ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਡਾਕਟਰ ਜਿਹੜੇ ਭਰਤੀ ਕੀਤੇ ਜਾਣ ਤਾਂ ਕਿ ਸਰਕਾਰੀ ਹਸਪਤਾਲ ਜਿਹੜੇ ਹੈਗੇ ਆ ਉਹ ਢੰਗ ਤੌਰ ਤਰੀਕੇ ਨਾਲ ਚਲਾਏ ਜਾ ਸਕਣ। ਤਰਨ ਤਾਰਨ ਸਿਵਲ ਹਸਪਤਾਲ ਵਿੱਚ ਸਰਕਾਰੀ ਡਾਕਟਰਾਂ ਵੱਲੋਂ 3 ਘੰਟੇ ਲਈ ਹੜਤਾਲ ਕੀਤੀ ਗਈ, ਜਿਸ ਕਰਕੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਰ, ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹਨਾਂ ਦੀ ਸਾਡੀ 3-4 ਮੰਗਾਂ ਪ੍ਰਮੁੱਖ ਹੈਗੀਆਂ ਨੇ। ਉਹਨਾਂ ਵਿੱਚੋਂ ਇੱਕ ਪ੍ਰਮੁੱਖ ਮੰਗ ਹੈ ਸਾਡੇ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਪਿਛਲੇ ਅਸੀਂ ਦੇਖ 2-3 ਸਾਲਾਂ ਦੇਖ ਰਹੇ ਹਾਂ ਕਿ ਜਿਹੜੇ ਹੈਲਥ ਵਰਕਰਸ ਨੇ ਉਹਨਾਂ 'ਤੇ ਅਟੈਕਸ ਔਰ ਮਿਸਬਿਹੇਵੀਅਰ ਦੀਆਂ ਘਟਨਾਵਾਂ ਵੱਧ ਗਈਆਂ ਨੇ। ਦੂਸਰੀ ਸਾਡੀ ਜਿਹੜੀ ਮੰਗ ਹੈ ਉਹ ਮੰਗ ਹੈ ਕਿ ਸਾਡਾ ਜਿਹੜਾ ACP ਹੈ ਜਿਸ ਨੂੰ ਕਹਿੰਦੇ ਕਿ ਟਾਈਮ ਬਾਊਂਡ ਪ੍ਰਮੋਸ਼ਨ, ਉਹ ਬੰਦ ਕੀਤੀ ਜੀ ਪਿਛਲੀ ਗੌਰਮੈਂਟ ਨੇ, ਉਸ ਨੂੰ ਬਹਾਲ ਕੀਤਾ ਜਾਵੇ। ਤੀਸਰੀ ਸਾਡੀ ਜਿਹੜੀ ਮੰਗ ਹੈਗੀ ਹੈ
ਉਹ ਸਾਡੇ ਲਗਾ ਰਹੀਆਂ ਸਾਡੇ ਕੁਛ ਏਰੀਆਜ਼ ਨੇ ਉਹ ਰਿਲੀਜ਼ ਕੀਤੇ ਜਾਣ। ਫਰੀਦਕੋਟ ਦੇ ਵਿੱਚ ਵੀ ਹੜਤਾਲ ਕੀਤੀ ਗਈ। ਇਸ ਮੌਕੇ SMO ਡਾਕਟਰ ਵਿਸ਼ਵਦੀਪ ਗੋਇਲ ਦਾ ਕਹਿਣਾ ਹੈ ਕਿ ਕੋਲਕਾਤਾ ਜਬਰ ਜਨਾਹ ਤੋਂ ਪਹਿਲਾਂ ਵੀ ਡਾਕਟਰਾਂ 'ਤੇ ਡਿਊਟੀ ਦੌਰਾਨ ਹਮਲੇ ਹੁੰਦੇ ਰਹੇ ਹਨ। ਸਾਡੀ ਮੁੱਖ ਮੰਗ ਸੀ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਹਨਾਂ ਨੂੰ ਭਰੋਸਾ ਤਾਂ ਦਿੱਤਾ ਗਿਆ ਹੈ ਪਰ ਹਾਲੇ ਤੱਕ ਸੁਰੱਖਿਆ ਨੂੰ ਲੈ ਕੇ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ। ਦੇਖੋ, ਸਾਡੀਆਂ ਮੁੱਖ 3 ਮੰਗਾਂ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਅਸ਼ਿਓਰਡ ਕੈਰੀਅਰ ਪ੍ਰੋਗਰੈਸ਼ਨ, ਜੋ ਕਿ ਪੱਕੀ ਤਰੱਕੀ ਜਿਹੜੀ ਹੈ ਸਾਰੇ ਡਾਕਟਰ ਨੂੰ ਮਿਲਦੀ ਹੈ, ਜੋ ਕਿ 2021 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ, ਉਹ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਇਹ ਜਿਹੜੀ ਤਰੱਕੀ ਹੈ ਉਹ ਸਾਰੇ ਡਾਕਟਰਸ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਹਰਿਆਣਾ ਅਤੇ ਦਿੱਲੀ ਵਰਗੀਆਂ ਸਟੇਟਾਂ ਦੇ ਵਿੱਚ ਇਹ ਤਰੱਕੀ ਮਿਲ ਰਹੀ ਹੈ ਅਤੇ ਉਹ ਸਾਡੇ ਨੂੰ ਇਸ ਜਿਹੜੀ ਤਰੱਕੀ ਹੈ ਉਸ ਤੋਂ ਵਾਂਝਾ ਰੱਖਿਆ ਜਾ ਰਿਹਾ, ਜਿਸ ਦੇ ਪਰਿਣਾਮ ਸਰੂਪ ਇਹ ਹੋ ਰਿਹਾ ਕਿ ਸਾਡੇ ਜਿਹੜੇ ਸਰਕਾਰੀ ਡਾਕਟਰ ਹੈ ਉਹ ਇੱਥੋਂ ਨੌਕਰੀਆਂ ਛੱਡ ਛੱਡ ਕੇ ਹੋਰ ਰਾਜਾਂ ਦੇ ਵਿੱਚ ਨੌਕਰੀਆਂ ਕਰਨ ਜਾ ਰਹੇ ਹੈ ਅਤੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਡਾਕਟਰ ਜਿਹੜੇ ਆ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਆਪਣਾ ਜਾਂ ਤਾਂ ਆਪਣਾ ਕੰਮ ਸ਼ੁਰੂ ਕਰ ਲਿਆ ਜਾਂ ਹੋਰ ਰਾਜਾਂ ਦੇ ਵਿੱਚ ਜਾ ਕੇ ਨੌਕਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਨੂੰ ਸਾਡੇ ਕੈਡਰ ਨੂੰ ਲੋਕਾਂ ਦੇ ਪ੍ਰਤੀ ਸੰਜੀਦਾ ਹੋਣ ਦੀ ਨਿਸ਼ਾਨੀ ਹੈ। ਅਸੀਂ ਆਪਣੇ ਕੈਡਰ ਨੂੰ ਅਤੇ ਲੋਕਾਂ ਦੇ ਪ੍ਰਤੀ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਨੂੰ ਲੈ ਕੇ ਹੀ ਇਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਕਿ ਸਾਨੂੰ ACP ਜੋ ਹੈ ਉਹ ਜਲਦ ਤੋਂ ਜਲਦ ਮਿਲਣੀ ਚਾਹੀਦੀ ਹੈ। ਦੂਸਰਾ ਸਾਡਾ ਸਿਕਿਉਰਿਟੀ ਦਾ ਮੁੱਦਾ ਹੈ ਕਿ ਜੋ ਕੋਲਕਾਤਾ ਦੇ ਵਿੱਚ ਐਕਸੀਡੈਂਟ ਇੰਸੀਡੈਂਟਸ ਹੋਇਆ ਹੈ ਉਸ ਦੇ ਵਿੱਚ ਸਾਨੂੰ ਇਹ ਸਿਕਿਉਰਿਟੀ ਮਿਲੀ ਸੀ ਕਿ ਤੁਹਾਨੂੰ ਇਸ ਤੋਂ ਬਾਅਦ ਸਿਕਿਉਰਿਟੀ ਮਿਲੇਗੀ, ਲੇਕਿਨ ਹਾਲੇ ਤੱਕ ਉਸ ਦੇ ਸਿਰਫ ਸਾਨੂੰ ਅਸ਼ੋਰੈਂਸ ਦਿੱਤੀ ਗਈ ਹੈ, ਉਸ 'ਤੇ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਫਿਰੋਜ਼ਪੁਰ ਵਿਖੇ ਡਾਕਟਰਾਂ ਨੇ 3 ਘੰਟੇ ਲਈ OPD ਬੰਦ ਰੱਖ ਕੇ ਹੜਤਾਲ ਕੀਤੀ ਹੈ। ਇਸ ਮੌਕੇ ਇਹਨਾਂ ਡਾਕਟਰਾਂ ਦਾ ਕਹਿਣਾ ਹੈ ਕਿ ਜੋ ਅਸਾਮੀਆਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣ। ਸਾਡੀਆਂ ਮੇਨ ਮੰਗ ਹੈਗੀ ਹੈ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ACP ਦੀ, ਜੇ ਕਿ ਟਾਈਮ ਆਊਟ ਤਰੱਕੀ ਮਿਲਦੀ ਸੀ ਡਾਕਟਰਾਂ ਨੂੰ 4-9-14, ਅਤੇ ਉਹ ਸਾਡੀ ਪੇ ਦਾ ਇੱਕ ਅੰਗ ਹੀ ਹੈ ਜਿਹੜਾ ਕਿ ਸ਼ੁਰੂ ਤੋਂ ਜਦੋਂ ਤੱਕ PCMSA ਕੈਡਰ ਬਣਿਆ ਉਦੋਂ ਤੋਂ ਹੀ ਚੱਲਦਾ ਪਿਆ। ਇਹ ਸਰਕਾਰ ਨੇ 2021 'ਚ ਬੰਦ ਕਰਤੀ ਸੀ, ਬੰਦ ਕੀਤੀ ਸੀ, ਸਟੇਅ ਕੀਤੀ ਸੀ। ਅਸੀਂ ਇਹਦਾ ਦੁਬਾਰ ਤੋਂ ਡਿਸੀਜਨ ਲੈ ਕੇ ਇਹਨੂੰ ਅਸੀਂ ਵਧੀਆ ਰੂਪ ਦੇਵਾਂਗੇ। ਵਧੀਆ ਰੂਪ ਤਾਂ ਨਹੀਂ ਕਹਿਣਾ ਸੀ ਉਹਨਾਂ ਨੂੰ, ਸਗੋਂ ਹੀ ਬੰਦ ਕਰਤਾ। ਉਸ ਕਰਕੇ ਕੀ ਹੋ ਰਿਹਾ, ਜਿਹੜੀ ਸਾਨੂੰ ਅੱਗੇ ਪ੍ਰਮੋਸ਼ਨਾਂ ਮਿਲਦੀਆਂ ਸੀ 4-9-14, ਅਤੇ ਉਹ ਬੰਦ ਹੋ ਗਈਆਂ, ਅਤੇ ਡਾਕਟਰਾਂ 'ਚ ਜਿਹੜੀ ਮੋਟੀਵੇਸ਼ਨ ਕੰਮ ਕਰਨ ਦੀ ਸੀ ਉਹ ਖਤਮ ਹੋ ਗਈ, ਪ੍ਰਾਈਵੇਟ ਵਿੱਚ ਉਹ ਜਾਣ ਲੱਗ ਪਏ। ਕਿੰਨੇ ਵਜੇ ਤੱਕ OPD ਬੰਦ ਹੈ ਅਤੇ ਕਿੰਨੇ ਦਿਨ ਬੰਦ ਹੈ ਜੀ? ਇਹ ਸਾਡੀ ਪਹਿਲਾ ਜਿਹੜਾ ਪੜਾਅ ਹੈਗਾ 3 ਦਿਨ ਦਾ ਹੈ ਜੀ, 9-10 ਅਤੇ 11 ਦਾ ਅਸੀਂ OPD 8-11 ਬੰਦ ਰੱਖੀ ਹੈ। ਉਸ ਤੋਂ ਬਾਅਦ ਐਮਰਜੈਂਸੀ ਚੱਲੇਗੀ, ਪਰ ਅਸੀਂ ਇਸ ਦੌਰਾਨ 3 ਦਿਨ 'ਚ ਕੋਈ ਮੈਡੀਕਲ ਨਹੀਂ ਕਰਨਾ, ਕੋਈ ਨੌਕਰੀ ਦਾ ਮੈਡੀਕਲ ਨਹੀਂ ਹੋਏਗਾ, ਕੋਈ ਡਰਾਈਵਿੰਗ ਸਸਤੀ ਹੋਏਗਾ, ਡੋਪ ਟੈਸਟ ਸੀ ਉਹ ਵੀ ਬੰਦ ਨੇ, ਅਤੇ ਕੋਈ ਵੀ VIP VVIP ਡਿਊਟੀ 'ਤੇ ਉਹਦੇ 'ਤੇ ਕੋਈ ਡਾਕਟਰ ਸਾਡਾ ਨਹੀਂ ਜਾਏਗਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।